ਉਹ ਬੰਦਾ ਡੱਬ ਗਿਆ, ਉਹ ਬੰਦਾ ਡੱਬ ਗਿਆ, ਬੰਦਾ ਡੱਬ ਗਿਆ, ਬੰਦਾ ਵੀ ਡੱਬ ਗਿਆ, ਚੁੱਪ ਕੱਢਾ ਕੱਢਾ ਕੱਢ ਬੰਦਾ ਜਾ ਬੰਦਾ 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 ਕੱਢਾ ਬੰਦਾ ਖਿੱਚੋ 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 ਕਵਰੇਜ ਕਰਨ ਗਿਆ ਪੱਤਰਕਾਰ ਅਚਾਨਕ ਹੀ ਨਹਿਰ ਦੇ ਵਿੱਚ ਡਿੱਗਿਆ, ਜਿਸ ਦੇ ਕਾਰਨ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਮਾਈਨਰ ਦੇ ਵਿੱਚ ਪਾੜ ਪਿਆ ਹੋਇਆ ਸੀ ਅਤੇ ਇਹ ਪੱਤਰਕਾਰ ਮੌਕੇ ਦੇ ਉੱਤੇ ਕਵਰੇਜ ਕਰਨ ਦੇ ਲਈ ਪਹੁੰਚਿਆ ਸੀ, ਪਰ ਜਿਵੇਂ ਹੀ ਇਸ ਦੇ ਵੱਲੋਂ ਕਵਰੇਜ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਅਚਾਨਕ ਹੀ ਪਾੜ ਵੱਡਾ ਹੋਣ ਕਾਰਨ ਪਾਣੀ ਜ਼ਿਆਦਾ ਸੀ ਅਤੇ ਜ਼ਮੀਨ ਜੋ ਹੈ ਉੱਥੇ ਮੌਕੇ ਦੇ ਉੱਤੇ ਟੱਪ ਜਾਂਦੀ ਹੈ ਅਤੇ ਇਹ ਪੱਤਰਕਾਰ ਸਿੱਧਾ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਹੁਣ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਫਾਜ਼ਿਲਕਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਵਰੇਜ ਕਰਨ ਗਿਆ ਪੱਤਰਕਾਰ ਨਹਿਰ ਦੇ ਵਿੱਚ ਡਿੱਗਿਆ, ਜਿਸ ਦੇ ਕਾਰਨ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਉਸਨੂੰ ਬਾਹਰ ਕੱਢਿਆ ਗਿਆ ਅਤੇ ਕਿਵੇਂ ਉਹ ਕਵਰੇਜ ਕਰਦਾ ਕਰਦਾ ਵਿੱਚ ਡਿੱਗਿਆ। ਉਹ ਬੰਦਾ ਡੱਬ ਗਿਆ, ਉਹ ਬੰਦਾ ਡੱਬ ਗਿਆ, ਬੰਦਾ ਡੱਬ ਗਿਆ, ਬੰਦਾ ਵੀ ਡੱਬ ਗਿਆ, ਚੁੱਪ ਕੱਢਾ ਕੱਢਾ ਕੱਢ ਬੰਦਾ ਜਾ ਬੰਦਾ 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 ਕੱਢਾ ਬੰਦਾ ਖਿੱਚੋ 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 ਬੰਦਾ ਡਿੱਗ ਗਿਆ ਆ ਵੀਰੇ, ਬੱਜਾ ਬੱਜਾ ਵੀਰੇ, ਬੱਜਾ ਪੰਜਾ ਵੀਰਾ ਪੰਜਾ ਕਈ ਲਿਆ ਵੀਰਾ, ਕਈ ਲਿਆ ਗਏ, ਉਹ ਕਈ ਲਿਆ ਗਏ, ਫਸ ਗਿਆ ਵੀਰਾ, ਕਈ ਲੈ ਗਿਆ ਪੰਜਾ ਵੀਰਾ, ਪੰਜਾ ਵੀਰਾ ਆਜ ਆ ਵੀਰਾ, ਪਰ ਇੱਧਰ ਚੱਲ ਵੀਰਾ, ਵੀਰ ਜੀ ਇੱਧਰ ਜਾ, ਆ ਵੀਰ ਜੀ ਆ ਵੀਰਾ ਪਾਸੇ ਹੋ ਜਾਓ, ਆਹ ਪਾਸੇ ਕਰ ਯਾਰ ਇਹਦੇ, ਇਹ ਨਹਿਰ ਛਾਲ ਮਾਰ, ਨਹਿਰ ਛਾਲ ਮਾਰ ਵੀਰਾ ਜੀ, ਥੱਲੇ ਆ ਜਾਓ, ਵੀਰੇ ਖਾ ਮੁਰਖਿਆ ਚੱਲੀ, ਆ ਛਾਲ ਮਾਰ ਵੀਰੇ, ਜ਼ਿਆਦਾ ਬੰਦੇ ਜਾਣੇ, ਆ ਖੰਮ ਖਿੱਚੋ, ਆ ਖੰਮ ਖਿੱਚੋ ਵੀਰੇ, ਚਲ ਆ ਬਾਬੇ ਜੀ ਕਰੋ ਵਾਹਿਗੁਰੂ ਬਾਬਾ, ਸਤਨਾਮ ਵਾਹਿਗੁਰੂ ਜੀ, ਵਾਹਿਗੁਰੂ ਜੀ ਬਾਬਾ ਜੀ ਨਾਨਕਾ ਕਰੀ ਸਫਲੀ ਕਰੀ, ਪਰਮਾਤਮਾ ਅਰਦਾਸ ਕਰ ਵੀਰੇ, ਖਿੱਚੋ 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 ਆ ਗਏ ਗੱਡੀ ਲੈ ਕੇ ਵੀਰੇ, ਉਹ ਗੱਡੀ ਵੱਜ ਗਿਆ, ਉਹ ਵੀਰੇ ਗੱਡੀ ਲੈ ਕੇ, ਉਹ ਵੀਰੇ ਗੱਡੀ ਲੈ ਕੇ, ਉਹ ਵੀਰੇ ਗੱਡੀ ਲੈ ਕੇ ਵੱਜ
ਵੱਧ ਗਿਆ। ਚਲੋ 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 ਚਲੋ